ਜੀ ਬਾਪੂ ਜੀ, ਆਪਾਂ ਗੱਲ ਕਰ ਰਹੇ ਸੀ ਐਥਿਕਸ ਬਾਰੇ ਕਿ ਸਾਡੀ ਲਾਈਫ ਦੇ ਵਿੱਚ ਅਸੀਂ ਕਈ ਚੀਜ਼ਾਂ ਨੂੰ ਕਹਿੰਦੇ ਗਲਤ, ਕਈ ਨੂੰ ਸਹੀ ਹੈ। ਤੁਹਾਡੇ ਵਿਚਾਰ ਨਾਲ ਐਥਿਕਸ ਕਿੱਦਾਂ ਕੰਮ ਕਰਦੇ ਨੇ ਲਾਈਫ ਦੇ ਵਿੱਚ? ਅਸਲ ਦੇ ਵਿੱਚ ਤਾਂ ਰਾਈਟ ਕੀ ਹੈ, ਰੋਂਗ ਕੀ ਹੈ, ਇਹੀ ਤਾਂ ਕੰਮ ਹੈ ਸਰਕਾਰ ਦਾ ਦੇਖਣ ਦਾ, ਇਹੀ ਪਰਮੇਸ਼ਰ ਨੇ ਦੇਖਣਾ, ਇਹੀ ਪੁਲਿਸ ਦੇਖਦੀ ਹੈ, ਇਹੀ ਅਦਾਲਤਾਂ ਦੇਖਦੀਆਂ ਨੇ, ਇਹੀ ਪੰਚਾਇਤਾਂ ਦੇਖਦੀਆਂ ਨੇ, ਇਹੀ ਅਸੀਂ ਘਰ 'ਚ ਦੇਖਦੇ ਹਾਂ। ਬੱਚੇ ਲੜ ਪੈਂਦੇ ਨੇ ਉੱਥੇ ਵੀ ਅਸੀਂ ਇਹੀ ਦੇਖਦੇ ਹਾਂ, ਕੌਣ ਗਲਤ ਹੈ ਕੌਣ ਠੀਕ ਹੈ, ਇਸੇ 'ਤੇ ਵਕੀਲ ਬਹਿਸ ਕਰਦੇ ਨੇ। ਮਸਲਾ ਹੀ ਰੋਂਗ ਰਾਈਟ ਦਾ ਹੈ, ਇਹ ਬਹੁਤ ਬਰੀਕ ਟੌਪਿਕ ਹੈ। ਅਸਲ ਦੇ ਵਿੱਚ ਐਂਡ ਵਾਲੀ ਜਿਹੜੀ ਬੁੱਧੀ ਹੈ ਨਾ, ਵਿਵੇਕ ਬੁੱਧੀ, ਉਹਦੇ ਬਿਨਾਂ ਰੋਂਗ ਰਾਈਟ ਦਾ ਨਹੀਂ ਪਤਾ ਲੱਗਦਾ। ਇਹਨਾਂ ਜਿਹੜੇ ਧਰਮ ਬਣੇ ਨੇ ਇਹ ਐਥਿਕਸ ਦੀ ਪਰਿਭਾਸ਼ਾ ਤੋਂ ਹੀ ਬਣੇ ਨੇ, ਆਪਣੀ ਆਪਣੀ ਪਰਿਭਾਸ਼ਾ, ਲੋਕਾਂ ਨੇ ਹਰ ਚੀਜ਼ ਦੀ ਪਰਿਭਾਸ਼ਾ ਜੇ ਆਪਣੀ ਆਪਣੀ ਬਣਾ ਲੈਂਦੇ ਉਹ ਧਰਮ ਡਿਫਰੈਂਟ ਬਣ ਜਾਂਦੇ ਨੇ। ਇੱਥੇ ਤਾਂ ਰੱਬ ਦੀ ਵੀ ਪਰਿਭਾਸ਼ਾ ਡਾਟ ਬਣਾ ਲਈ ਲੋਕਾਂ ਨੇ, ਬਣਾਈ ਹੋਈ ਆ, ਨੌ ਆਰਡਰ ਰੱਖੇ ਨੇ, ਗੁਣਵਾਚਕ ਨੌ ਨੇ। ਇਸ ਕਰਕੇ ਮਤ ਭੇਦ ਜਦ ਆਉਂਦੇ ਨੇ ਐਥਿਕਸ 'ਤੇ ਆ ਕੇ ਆਉਂਦੇ ਨੇ। ਹੁਣ ਇੱਕ ਸਟੈਂਡਰਡ ਦੀ ਬੁੱਧੀ ਹੈ, ਉਹਨੂੰ ਕਹਿੰਦੇ ਨੇ ਪੂਰਨ ਬੁੱਧ, ਪੂਰੀ, ਕੋਈ ਕਮੀ ਨਹੀਂ ਜਿਹੜੀ ਬੁੱਧੀ 'ਚ, ਐਂਡ ਤਾਂ ਉੱਥੇ ਜਾ ਕੇ ਹੀ ਹੁੰਦਾ ਐਥਿਕਸ। ਮੈਂ ਇੱਕ ਜਗ੍ਹਾ ਕਿਹਾ ਹੋਇਆ, ਸ਼ਾਇਦ ਪਤਾ ਨਹੀਂ ਕਿਹੜਾ ਟੌਪਿਕ ਸੀ, ਕਿ ਜਿੰਨੇ ਵੀ ਦੁਨੀਆਂ ਦੇ ਵਿੱਚ ਅੱਜ ਆਦਮੀ ਹੋਏ ਨੇ ਅੱਜ ਤੱਕ, ਚਾਹੇ ਉਹ ਫਿਲੋਸਫਰ ਸੀ, ਚਾਹੇ ਉਹ ਵਕੀਲ ਵਕਾਲਤ ਪੜ੍ਹ ਕੇ ਆਏ ਨੇ, ਚਾਹੇ ਡਾਕਟਰ ਸੀ, ਚਾਹੇ ਉਹ ਜੱਜ ਬਣੇ ਜਾਂ ਕੁਛ ਵੀ ਬਣੇ, ਫੌਜ ਦੇ ਵਿੱਚ ਚਲੇ ਗਏ, ਜਿੰਨੇ ਵੀ ਗਿਆਨ ਨੇ ਦੁਨੀਆ ਵੀ, ਉਹਨਾਂ ਦੀ ਟੌਪ 'ਤੇ ਜਿਹੜੇ ਆਦਮੀ ਪਹੁੰਚੇ ਨੇ, ਕੋਈ ਵੀ ਪੂਰਨ ਬੁੱਧ ਵਾਲਾ ਨਹੀਂ ਸੀ ਉਹਨਾਂ 'ਚ। ਚਾਹੇ ਉਹ ਸੁਪਰੀਮ ਕੋਰਟ ਦੇ ਵਕੀਲ ਰਹੇ ਹੋਣ, ਚਾਹੇ ਕਿਸੇ ਰਾਸ਼ਟਰਪਤੀ ਰਹੇ ਹੋਣ, ਪੂਰੀ ਬੁੱਧੀ ਵਾਲਾ ਕੋਈ ਵੀ ਨਹੀਂ ਸੀ ਉਹਨਾਂ 'ਚ, ਪੂਰੀ ਬੁੱਧੀ ਵਾਲੇ ਭਗਤ ਹੋਏ ਨੇ, ਜਿਨ੍ਹਾਂ ਦੀ ਅੱਜ ਤੱਕ ਕੋਈ ਗੱਲ ਕੱਟੀ ਹੋਈ ਨਹੀਂ ਗਈ। ਜਦੋਂ ਤਰਕ ਨਾ ਜਿਹੜੀ ਗੱਲ 'ਤੇ ਰਹੇ, ਜਿਹੜੀ ਗੱਲ 'ਤੇ ਤਰਕ ਦਿੱਤਾ ਹੀ ਨਾ ਜਾ ਸਕੇ, ਉਹ ਸੱਚ ਹੁੰਦੀ ਹੈ। ਜਿੱਥੇ ਤੱਕ ਤਰਕ ਗੱਲ 'ਤੇ ਚੱਲਦਾ ਹੈ ਉਹ ਰੋਂਗ ਹੈ, ਉਹਦੇ 'ਚ ਉੱਥੇ ਕਮੀ ਹੈ। ਪਰ ਤਰਕ ਤੋਂ ਪਰੇ ਜਾ ਕੇ ਜਿਹੜਾ ਚਲਿਆ ਗਿਆ, ਜਿਹਦੀ ਗੱਲ ਨੂੰ ਕੋਈ ਜਵਾਬ ਨਾ ਹੋਵੇ, ਉੱਥੇ ਆ ਕੇ ਪੂਰਨ ਬੁੱਧ ਹੁੰਦੀ ਹੈ। ਵੈਸੇ ਤਾਂ ਨਹੀਂ ਤਾਂ ਖੋਜ ਚੱਲ ਰਹੀ ਹੈ ਸੰਸਾਰ ਦੇ ਵਿੱਚ, ਤਾਂ ਜਿੰਨੀਆਂ ਬਰੀਕੀ ਨਾਲ ਬਿਮਾਰੀਆਂ ਖੋਜੀਆਂ ਜਾਂਦੀਆਂ, ਉਨੀਆਂ ਹੋਰ ਬਰੀਕ ਬਿਮਾਰੀਆਂ ਮੂਹਰੇ ਮੂੰਹ ਅੱਡੀ ਖੜੀਆਂ ਆਉਂਦੀਆਂ ਨਜ਼ਰ ਆਉਂਦੀਆਂ ਨੇ। ਹਰ ਚੀਜ਼ ਦੀ ਖੋਜ ਚੱਲ ਰਹੀ ਹੈ ਸੰਸਾਰ ਦੇ ਵਿੱਚ, ਅਤੇ ਸੰਸਾਰ ਦੇ ਵਿੱਚ ਰੈਪੂਟੇਸ਼ਨ ਹੋ ਰਿਹਾ, ਫਿਰ ਉਹੋ ਜਿਹੇ ਕੱਪੜੇ ਲੋਕ ਪਾਉਣ ਲੱਗ ਜਾਂਦੇ, ਫੈਸ਼ਨ ਉਹੋ ਜਿਹੇ ਆਉਣ ਲੱਗ ਜਾਂਦੇ ਨੇ। ਇਹ ਤਾਂ ਇੱਕ ਚੱਕਰ ਹੈ ਸੰਸਾਰ ਦਾ, ਕਾਲ ਚੱਕਰ ਹੈ ਸੰਸਾਰ ਵਿੱਚ ਫਸਿਆ, ਕਿਸੇ ਦੀ ਪੂਰਨ ਬੁੱਧ ਹੈ ਨਹੀਂ। ਇੱਥੇ ਤਾਂ ਹੀ ਝਗੜਾ, ਉਹ ਕਹਿੰਦਾ ਆਹ ਠੀਕ ਹੈ, 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 ਇਸੇ ਨਾਲ ਬਹੁਤੇ ਧਰਮ ਬਣ ਗਏ। ਐਥਿਕਸ ਆ ਕੇ ਉੱਥੇ ਖਤਮ ਹੁੰਦਾ ਜਿੱਥੇ ਬੁੱਧ ਪੂਰੀ ਹੋ ਜਾਵੇ, ਆਦਮੀ ਦੀ ਸਟੇਬਲ ਬੁੱਧ ਹੋ ਜਾਵੇ, ਮਾਇੰਡ ਸਟੇਬਲ ਹੋ ਜਾਵੇ, ਕੋਈ ਵੀ ਇੱਛਾ ਸੰਸਾਰ ਦੀ ਨਾ ਰਹੇ, ਕੋਈ ਵੀ ਭੁੱਖ ਸੰਸਾਰ ਦੀ ਨਾ ਰਹੇ, ਪੂਰੀ ਬੁੱਧ ਨਹੀਂ, ਤਿੰਨ ਲੋਕ ਦੇ ਰਾਜ ਦੀ ਵੀ ਭੁੱਖ ਨਾ ਜ਼ਿਆਦਾ ਰਹੇ, ਫਿਰ ਸਟੇਬਲ ਮਨ ਮੰਨਿਆ ਜਾਂਦਾ, ਵਰਨਾ ਸਟੇਬਲ ਮਨ ਹੁੰਦਾ ਹੀ ਨਹੀਂ। ਉੱਥੇ ਜਾ ਕੇ ਐਥਿਕਸ ਦਾ ਗਿਆਨ ਆਉਂਦਾ, ਪਤਾ ਲੱਗਦਾ।
ਕੀ ਰੋਂਗ ਹੈ, ਕੀ ਰਾਈਟ ਹੈ, ਉਹ ਫਿਰ ਪਰਮੇਸ਼ੁਰ ਦੀ ਆਪਣੀ ਬੁੱਧ ਹੈ, ਆਦਮੀ ਦੀ ਨਹੀਂ ਹੈ। ਆਦਮੀ ਕੋ ਬੁੱਧ ਘਟੀਆ ਹੀ ਹੁੰਦੀ ਹੈ, ਥੋੜ੍ਹੀ ਉਹ ਹੁੰਦੀ ਹੈ। ਗੁਰੂਆਂ ਨੇ ਵੀ ਕਿਹਾ ਮੇਰੀ ਮਤ ਥੋੜ੍ਹੀ ਰਾਮ, ਤੂੰ ਸਮਰੱਥ ਵੱਡਾ। ਸਿਰਫ ਅਸੀਂ ਜਿਹੜੇ ਭਗਤ ਹੋਏ ਨੇ ਉਹ ਵੀ ਇੱਥੋਂ ਛੁੱਟਣ ਦੀ ਵਿਧੀ ਜਾਣਦੇ ਨੇ। ਸੰਸਾਰ 'ਚ ਇੰਨੀ ਕੁ ਗਿਆਨ ਹੈ ਉਹਨਾਂ ਨੂੰ, ਸੰਸਾਰ ਕਿਵੇਂ ਬਣਿਆ ਉਹਨਾਂ ਨੂੰ ਨਹੀਂ ਪਤਾ ਹੈ। ਨਾ ਉਹ ਬਣਾ ਸਕਦੇ ਨੇ, ਨਾ ਸੂਰਜ ਨੂੰ ਉਹ ਰੋਕ ਸਕਦੇ ਨੇ, ਨਾ ਬ੍ਰੇਕ ਲਾ ਸਕਦੇ ਨੇ, ਨਾ ਨਵਾਂ ਬਣਾ ਸਕਦੇ ਨੇ। ਇਸ ਕਰਕੇ ਉਹ ਕਹਿੰਦੇ ਨੇ ਸਾਡੀ ਤਾਂ ਥੋੜ੍ਹੀ ਜਿਹੀ ਬੁੱਧ ਹੈ, ਸਾਡੇ ਕੋਲ ਤਾਂ ਕਿਣਕਾਕ ਹੈ ਗਿਆਨ ਦਾ। ਕਿਣਕਾ ਇੱਕ ਜੇ ਜੀਵ ਸਾਵੇ ਤਾਂ ਕਿ ਮੈਂ ਬਣਾਉਂ ਗਲੀ ਨਾ ਆਵੇ। ਜਿਹੜੇ ਦਾਅਵੇ ਕਰਦੇ ਨੇ ਮੇਰੇ ਕੋਲ ਇੰਨੀ ਬੁੱਧ ਹੈ, ਇੰਨੀ ਬੁੱਧ ਹੈ, ਉਹਨਾਂ ਕੋਲ ਕਿੰਨੀ ਕੁ ਹੁੰਦੀ ਹੈ ਤੁਸੀਂ ਅੰਦਾਜ਼ਾ ਲਾ ਲਓ। ਉਹਨਾਂ ਨੂੰ ਆਪਣੀ ਬੁੱਧ ਦਾ ਅਕਲ ਦਾ ਭੁਲੇਖਾ ਹੁੰਦਾ ਅਸਲ 'ਚ, ਵੀ ਮੈਨੂੰ ਕੋ ਅਕਲ ਹੈ। ਸੰਸਾਰ 'ਚ ਅਕਲ ਦਾ ਭੁਲੇਖਾ ਹੀ ਹੈ ਸਾਰਿਆਂ ਨੂੰ ਪਿਆ ਹੋਇਆ, ਬਾਕੀ ਅਕਲ ਤਾਂ ਪਰਮੇਸ਼ੁਰ ਕੋਲ ਹੀ ਹੈ। ਐਥਿਕਸ ਬਹੁਤ ਟਫ ਟੋਪਿਕ ਹੈ, ਇਸ ਕਰਕੇ ਜਿਹੜਾ ਸੰਸਾਰ ਦੇ ਵਿੱਚ ਅਸ਼ਾਂਤੀ ਹੈ ਐਥਿਕਸ ਦੀ ਕਮੀ ਨਾਲ ਹੈ। ਜੇ ਰਾਜੇ ਕੋਲ ਵਿਵੇਕ ਬੁੱਧੀ ਨਹੀਂ ਹੋਊਗੀ ਤਾਂ ਰਾਜ ਨਹੀਂ ਕਰ ਸਕਦਾ। ਸੁਪਰੀਮ ਕੋਰਟਾਂ ਨੂੰ ਵਿਵੇਕ ਦਾ, ਜੱਜਾਂ ਨੂੰ ਵਿਵੇਕ ਦਾ ਦਿੱਤਾ ਹੋਇਆ ਉਹਨਾਂ ਨੇ ਆਪਣੇ ਵਿਵੇਕ 'ਤੇ ਫੈਸਲਾ ਕਰਨ। ਉਹ ਜਦ ਸੰਸਾਰ ਦੇ ਵਿੱਚ ਵਿਵੇਕ ਹੁੰਦਾ ਹੀ ਨਹੀਂ, ਵਿਵੇਕ ਬੁੱਧੀ ਉਹ ਨਹੀਂ, ਇਹਨਾਂ ਨੇ ਵਿਵੇਕ ਕਿਹਾ ਕਿਉਂ ਵੀ ਵਿਵੇਕ ਬੁੱਧੀ 'ਤੇ ਫੈਸਲਾ ਕਰਨ? ਤਾਂ ਹੀ ਅੱਜ ਅਸ਼ਾਂਤੀ ਹੈ, ਗਲਤ ਫੈਸਲੇ ਕਰ ਰਹੇ ਨੇ, ਆਪਣੀ ਮਨਮਰਜ਼ੀ ਦੇ ਫੈਸਲੇ ਕਰ ਰਹੇ ਨੇ ਸੰਸਾਰ ਦੇ ਵਿੱਚ। ਆ ਦੇਖੋ ਰੌਲਾ ਪੈ ਰਿਹਾ ਗੋਗੋਈ ਦਾ, ਕੀ ਕੀਤਾ ਐਡੀ ਘਟੀਆ ਘਟੀਆ ਹਰ ਆਦਮੀ, ਐਡੀ ਪੋਸਟ 'ਤੇ ਬੈਠ ਕੇ ਇੱਕ ਬਿਲਕੁਲ ਰਾਜ ਸਭਾ ਦੀ ਸੀਟ ਵਾਸਤੇ ਆਦਮੀ ਵਿਕ ਜਾਵੇ, ਕਿੱਡੀ ਗਿਰੀ ਹੋਈ ਮਤਲਬ ਹੈ ਸੋਚ ਹੈ ਇਹ। ਕਿੱਡੀ ਉੱਚੀ ਪਦਵੀ ਦਾ ਆਦਮੀ ਹੋਵੇ, ਕਿੱਡੀ ਇੱਜ਼ਤ ਵਾਲ, ਉਹਨੂੰ ਹੋਰ ਕੀ ਚਾਹੀਦਾ ਸੀ? ਯਾਨੀ ਬੁੱਧ ਜਦ ਹੁੰਦੀ ਹੈ ਨਾ ਥੋੜ੍ਹੀ, ਉਹ ਸਮਝਦਾ ਮੈਨੂੰ ਜ਼ਿਆਦਾ ਇੱਜ਼ਤ ਮਿਲ ਗਈ, ਉਹ ਸਮਾਂ ਪਹਿਲੇ ਵੀ ਗੁਆ ਲਈ, ਭਲਿਆ ਲੋਕਾਂ ਤੂੰ ਕਿਹੜੇ ਰਾਹ ਪੈ ਗਿਆ ਹੈ। ਕਿੱਡਾ ਬੜੀਆ ਖਾਨਦਾਨ ਇਹਨਾਂ ਦਾ, ਉੱਚ ਕੋਟੀ ਦੇ ਅਹੁਦਿਆਂ 'ਤੇ ਬੈਠੇ, ਐਵੇਂ ਚਰਚਾ ਕਰਾ ਲਈ ਮਾੜੀ ਜਿਹੀ ਗੱਲ ਪਿੱਛੇ। ਕੀ ਰਾਜ ਸਭਾ ਦੀ ਸੀਟ ਹੁੰਦੀ ਹੈ? ਤੰਦੂਲਕਰ ਨੂੰ ਦੇ ਦਿੱਤੀ ਸੀ, ਉਹ ਤੰਦੂਲਕਰ ਦੇ ਬਰਾਬਰ ਆ ਗਿਆ ਤੂੰ। ਉਹਨੂੰ ਹੇਮਾ ਮਾਲਣੀ ਨੂੰ ਦੇ ਦਿੱਤੀ ਸੀ, ਉਹਦੇ ਬਰਾਬਰ ਆ ਗਿਆ। ਯਾਰ ਹੱਦ ਹੋ ਗਈ, ਐਥਿਕਸ ਦੀ ਕਮੀ ਸੀ ਇਹਦਾ ਮਤਲਬ ਹੈ। ਐਥਿਕਸ ਵਿਵੇਕ ਬੁੱਧੀ ਦੀ ਕਮੀ ਦੀਆਂ ਗੱਲਾਂ ਨੇ। ਜੇ ਵਿਵੇਕ ਵਾਲਾ ਹੁੰਦਾ, ਵਿਵੇਕਸ਼ੀਲ ਹੁੰਦਾ, ਠੋਕਰ ਮਾਰ ਦਿੰਦਾ, ਕਰਦਾ ਹੀ ਨਹੀਂ ਸੀ ਇਧਰ ਹੁੰਦੇ। ਪਰ ਇਹ ਤਾਂ ਹੁਣ ਕੀਤਾ ਕੀ ਜਾਵੇ। ਆਮ ਵਿਅਕਤੀ ਆਪਣੀ ਲਾਈਫ ਦੇ ਵਿੱਚ ਵਿਵੇਕ ਕਿੱਦਾਂ ਯੂਜ਼ ਕਰੇ? ਮਨ ਦੀ ਆਵਾਜ਼ ਸੁਣੇ? ਮਨ ਦੀ ਤਾਂ ਆਵਾਜ਼ ਸਾਰੀ ਸ਼ੈਤਾਨ ਦੀ ਆਵਾਜ਼ ਹੈ। ਮਨ ਦੀ ਆਵਾਜ਼ ਤਾਂ ਸ਼ੈਤਾਨ ਦੀ ਹੈ, ਤਾਂ ਦਿਮਾਗ 'ਚੋਂ ਬੋਲਦਾ, ਖੋਪੜੀ 'ਚੋਂ। ਇਹ ਚਰਖਾ ਚਲਾਉਂਦਾ ਦਿਮਾਗ, ਜਿਹੜਾ ਬ੍ਰੇਨ ਹੈ ਨਾ, ਸ਼ੈਤਾਨ ਦਾ ਚਰਖਾ ਹੈ। ਇੱਥੋਂ ਤਾਂ ਸ਼ਰਾਰਤ ਪੈਦਾ ਹੁੰਦੀ ਹੈ। ਸਾਡੀ ਆਮ ਵਿਅਕਤੀ ਲਾਈਫ 'ਚ ਵਿਵੇਕ ਕਿੱਦਾਂ ਹੈ? ਵਿਵੇਕ ਅੰਤਰਾਤਮਾ ਦੀ ਆਵਾਜ਼ ਸੁਣੇ, ਅੰਤਰ ਆਤਮਾ ਦੀ ਆਵਾਜ਼ ਸੁਣੇ। ਮੋਟੀ ਗੱਲ ਹੈ, ਦੇਖੋ ਇਹ ਤੋਂ ਸ਼ੁਰੂ ਹੁੰਦਾ। ਜੇ ਜਾਂ ਤੁਸੀਂ ਚਾਹੁੰਦੇ ਮੇਰੇ ਨਾਲ ਸਲੂਕ ਕੋਈ ਕਰੇ, ਜੇ ਤੁਸੀਂ ਉਹੋ ਜਿਹਾ ਕਰੋ ਲੋਕਾਂ ਨਾਲ, ਇੱਥੋਂ ਵਿਵੇਕ ਸ਼ੁਰੂ ਹੋ ਜਾਂਦਾ। ਵਿਵੇਕ ਇੱਥੋਂ ਸਟਾਰਟ ਹੁੰਦਾ। ਜਿਉਂ ਜਿਉਂ ਤੁਸੀਂ ਅੱਗੇ ਚੱਲੋਗੇ, ਪ੍ਰੈਕਟੀਕਲੀ ਬਹੁਤ ਸਾਰੇ ਇਹੋ ਜਿਹੇ ਮੋੜ ਆਉਣਗੇ ਜਿੱਥੇ ਤੁਹਾਨੂੰ ਔਖਾ ਹੋ ਜੂਗਾ ਉਹੋ ਜਿਹਾ ਸਲੂਕ ਕਰਨਾ ਜਿਹੋ ਜਿਹਾ ਆਪ ਚਾਹੁੰਦੇ ਹੋ। ਪਰ ਜੇ ਤੁਸੀਂ ਉਹ ਵੀ ਕਰ ਗਏ, ਫਿਰ ਤੁਹਾਨੂੰ ਬੁੱਧ ਖੁੱਲ੍ਹਣ ਲੱਗ ਜੂਗਾ ਆਪੇ, ਫਿਰ ਪਰਮੇਸ਼ੁਰ ਦੀ ਕਿਰਪਾ ਹੋਣ ਲੱਗ ਜੂਗੀ, ਤੁਹਾਡੀ ਬੁੱਧ ਡਿਵੈਲਪ ਹੋਣ ਲੱਗ ਜੂਗੀ। ਜਿਵੇਂ ਕੋਈ
ਜੰਮਦਾ ਤਾਂ ਭਲਵਾਨ ਹੁੰਦਾ ਨਹੀਂ, ਜਿਉਂ ਜਿਉਂ ਉਹ ਵਰਜਿਸ਼ ਕਰਦਾ, ਖੁਰਾਕ ਖਾਂਦਾ, ਗਿਆਨ ਦੀ ਖੁਰਾਕ ਹੈ, ਬੁੱਧ ਦੀ ਖੁਰਾਕ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜਿਹੜਾ ਗਿਆਨ ਦਾ ਭੋਜਨ ਖਾਂਦਾ ਔਰ ਕਸਰਤ ਕਰਦਾ, ਮਿਹਨਤ ਕਰਦਾ, ਵਿਕਾਰਾਂ ਨਾਲ ਲੜਦਾ, ਆਪਣਿਆਂ ਨਾਲ, ਲੋਭ ਨਾਲ ਲੜਦਾ, ਮੋਹ ਨਾਲ ਲੜਦਾ, ਹੰਕਾਰ ਨਾਲ ਲੜਦਾ, ਕ੍ਰੋਧ ਨਾਲ ਲੜਦਾ, ਇਹ ਵਰਜਿਸ਼ ਹੈ। ਆਪਣੇ ਔਗਣਾਂ ਨਾਲ ਲੜਨਾ ਵਰਜਿਸ਼ ਹੈ, ਗਿਆਨ ਹਾਸਲ ਕਰਨਾ ਇੱਕ ਉਹਦੀ ਖੁਰਾਕ ਹੈ। ਇੱਥੋਂ ਐਥਿਕਸ ਵੱਲ ਨੂੰ ਜਾ ਸਕਦੇ ਹਾਂ ਅਸੀਂ। ਜੇ ਔਗਣ ਆ ਗਿਆ, ਲੋਭ ਆ ਗਿਆ, ਲਾਲਚ ਆ ਗਿਆ, ਕੋਈ ਵੀ ਤੈਨੂੰ ਆਹ ਦੇ ਦਾਂਗੇ, ਉਹ ਦੇ ਦਾਂਗੇ, ਫਿਰ ਐਥਿਕਸ ਤੋਂ ਗਿਰ ਜਾਂਦਾ, ਫਿਰ ਨਰਕ, ਇਸ ਨੂੰ ਨਰਕ ਕਹਿੰਦੇ ਹਾਂ ਅਸੀਂ, ਡਾਊਨਫਾਲ ਵੱਲ ਚਲਾ ਗਿਆ ਉਹ ਨਰਕ। ਕੋਈ ਉਹ ਨਹੀਂ ਹੈਗੇ ਬਣੇ ਹੋਏ ਜਿਹੜੇ ਇਹਨਾਂ ਨੇ ਬਣਾਏ ਨੇ। ਅੱਜ ਜਿੱਥੇ ਹੁਣ ਬਦਨਾਮੀ ਹੋਵੇ ਨਰਕੇ ਹੈ, ਕਿੰਨੀ ਆਤਮਾ ਸਾਡੀ ਦੁਖੀ ਹੁੰਦੀ ਹੈ ਬਦਨਾਮੀ ਤੋਂ। ਜੇ ਸੋਭਾ ਹੋਵੇ ਸਾਨੂੰ ਖੁਸ਼ੀ ਹੁੰਦੀ ਹੈ। ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਜਾਂ ਸੱਚਾ ਮਾਰਗ ਤਿਆਗ ਦੀਏ ਫਿਰ ਨਿੰਦਿਆ ਕਰਦਾ ਜਹਾਨ, ਫਿਰ ਨਰਕ ਬਣ ਜਾਂਦਾ, ਸਾਨੂੰ ਦੁਖੀ ਹੋ ਜਾਂਦੇ। ਹੁਣ ਉਹਦੀ ਗਲਤੀ ਛੋਟੀ ਜਿਹੀ ਗਲਤੀ 'ਤੇ, ਐਵੇਂ ਛੋਟੇ ਜਿਹੇ ਲਾਲਚ 'ਤੇ, ਬਹੁਤ ਹੀ ਛੋਟਾ ਮਾਈਨਰ ਜੀ ਗੱਲ ਹੈ ਇਹ ਰਾਜ ਸਭਾ ਦੀ, ਬਹੁਤ ਮਾਈਨਰ, ਉਹ ਕਰ ਲੈਣਾ, ਬਹੁਤ ਅਫਸੋਸ ਹੈ। ਮੈਨੂੰ ਤਾਂ ਬੜਾ ਦੁੱਖ ਹੋਇਆ ਸੁਣ ਕੇ, ਐਡੀ ਬੜੀ ਪੋਸਟ ਦਾ ਆਦਮੀ ਦੀ ਨਿੰਦਿਆ ਹੋਵੇ, ਸਾਡਾ ਚੀਫ ਜਸਟਿਸ ਹੋਵੇ ਇੰਡੀਆ ਦਾ, ਉਹਦੀ ਨਿੰਦਿਆ ਹੋਵੇ ਤਾਂ ਦੁੱਖ ਦੀ ਗੱਲ ਹੀ ਹੈ, ਬਦਨਾਮੀ ਹੈ ਸਾਡੀ। ਕਿਤੇ ਨਾ ਕਿਤੇ ਲੱਗਦਾ ਪਤਾ ਕਿ ਜਿਹੜੇ ਜੱਜ ਚੀਫ ਜਸਟਿਸ ਰਿਹਾ ਹੈ ਉਹਦਾ ਵੀ ਜਿਹੜਾ ਬ੍ਰੇਨ ਦਾ ਲੈਵਲ ਹੈਗਾ ਕੁਛ ਵੀ ਨਹੀਂ ਹੈ। ਇਹ ਤਾਂ ਮਤਲਬ ਸਿਫਾਰਸ਼ੀ ਬੰਦੇ ਨੇ, ਉਹ ਜਜਮੈਂਟ ਕੀ ਵਧੀਆ ਦੇਣਗੇ ਫਿਰ? ਨੋ ਨੋ, ਅਸ਼ਾਂਤੀ ਤਾਂ ਹੀ ਹੈ, ਅਸ਼ਾਂਤੀ ਦਾ ਕਾਰਨ ਇਹੀ ਹੈ, ਐਡੇ ਐਡੇ ਅਹੁਦਿਆਂ 'ਤੇ ਇਹੋ ਜਿਹੇ ਬੰਦੇ ਘਟੀਆ ਬਿਠਾਲ ਦਿੱਤੇ ਜਾਣ, ਵਿਵੇਕ ਹੈ ਨਹੀਂ, ਅਤੇ ਅਸ਼ਾਂਤੀ ਹੋਣੀ ਔਰ ਉੱਥੋਂ ਕੀ ਨਿਕਲਣਾ? ਅਸ਼ਾਂਤੀ ਨਿਕਲਣੀ, ਉੱਥੋਂ ਕੀ ਨਿਕਲਣਾ?